ਸਭ ਤੋਂ ਵੱਡਾ ਜ਼ਰੂਰੀ ਹੈ। ਮੈਂ ਉਦਣ ਵੀ ਗੱਲ ਕਹੀ, ਬਾਬੇ ਨਾਨਕ ਵਰਗੇ ਵੀ ਸਤਿਕਾਰ ਕਰਦੇ। ਗੁਰੂ ਨਾਨਕ ਬਾਬੇ ਦੇ ਮਾਤਾ ਪਿਤਾ ਦਾ ਅਖੀਰ ਦਾ ਸਮਾਂ ਚੱਲਦਾ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਕੋਲ ਬੈਠੇ, ਪਿਤਾ ਜੀ ਕੋਲ ਅਤੇ ਮਾਤਾ ਜੀ ਕੋਲ, ਅਤੇ ਮਾਤਾ ਅਤੇ ਪਿਤਾ ਦੋਨੇ ਆਪਣੇ ਪੁੱਤਰ ਬਾਬੇ ਨਾਨਕ ਨੂੰ ਇੱਕ ਸ਼ਬਦ ਵਰਤਦੇ ਆ, ਕਹਿੰਦੇ ਪੁੱਤਰ ਦੁਨੀਆਂ ਦੀਆਂ ਅੱਖਾਂ ਖੋਲਤੀਆਂ, ਅਤੇ ਸਾਡੀਆਂ ਅੱਖਾਂ ਹੀ ਨਹੀਂ ਖੋਲੀਆਂ, ਦੁਨੀਆਂ ਤੇਰੇ ਅੱਗੇ ਸਿਰ ਝੁਕਾਉਂਦੀ ਰਹੀ। ਅਤੇ ਮਹਿਤਾ ਕਲਿਆਣ ਦਾਸ ਕਾਲੂ ਜੀ ਆਖਦੇ, ਪੁੱਤਰ ਮੈਂ ਤੇਰੇ ਮੂੰਹ 'ਤੇ ਚਪੇੜਾਂ ਮਾਰਦਾ ਰਿਹਾ। ਤੁਸੀਂ ਪੜ੍ਹਿਓ ਇਤਿਹਾਸ ਨੂੰ, ਕਿੰਨੀ ਥਾਂ ਦੀ ਉੱਤੇ ਪਿਤਾ ਡਾਂਟਦੇ ਆ ਗੁਰੂ ਨਾਨਕ ਬਾਬੇ ਨੂੰ, ਦੁਨੀਆਂ ਦੀ ਅੱਖਾਂ ਖੋਲਣ ਵਾਲੇ ਉਹ ਸਾਡੀਆਂ ਅੱਖਾਂ 'ਤੇ ਪੜਦਾ ਰੱਖਿਆ, ਦੁਨੀਆਂ ਤੇਰੇ ਅੱਗੇ ਸਿਰ ਝੁਕਾ ਗਈ ਅਤੇ ਅਸੀਂ ਤੇਰੇ ਅੱਗੇ ਸਿਰ ਨਾ ਝੁਕਾਇਆ, ਦੁਨੀਆਂ ਨੇ ਤੈਨੂੰ ਰੱਬ ਆਖਿਆ, ਦੁਨੀਆਂ ਨੇ ਤੈਨੂੰ ਰਹਿਬਰ ਆਖਿਆ, ਦੁਨੀਆਂ ਨੇ ਤੈਨੂੰ ਦੇਵਤਾ ਆਖਿਆ, ਉਹ ਦੁਨੀਆਂ ਨੇ ਤੈਨੂੰ ਅੱਲਾ ਆਖਿਆ, ਪਤਾ ਨਹੀਂ ਕਿਹੜੀ ਕਿਹੜੀ ਪਦਵੀ ਦੁਨੀਆਂ ਨੇ ਤੈਨੂੰ ਦਿੱਤੀ, ਪਰ ਸਾਡੀਆਂ ਅੱਖਾਂ ਹੀ ਨਹੀਂ ਖੋਲੀਆਂ। ਹੁਣ ਬਾਬੇ ਨਾਨਕ ਦੇ ਬੋਲ ਸੁਣਿਓ ਕੀ ਸੀਗੇ। ਬਾਬੇ ਨਾਨਕ ਨੇ ਆਖਿਆ ਕਿ ਦੁਨੀਆਂ ਮੇਰੇ ਅੱਗੇ ਝੁਕਦੀ ਸੀ, ਦੁਨੀਆਂ ਮੇਰੇ ਅੱਗੇ ਸਿਰ ਝੁਕਾਉਂਦੀ ਸੀ, ਪਰ ਮੈਂ ਵੀ ਤਾਂ ਕੋਈ ਥਾਂ ਰੱਖਣੀ ਸੀ ਜਿੱਥੇ ਨਾਨਕ ਨੇ ਸਿਰ ਝੁਕਾਉਣਾ ਸੀ। ਮਾਂ ਬਾਪ ਦੇ ਚਰਨਾਂ ਵਿੱਚ ਗੁਰੂ ਨਾਨਕ ਬਾਬਾ ਕਹਿੰਦਾ ਸਿਰ ਝੁਕਾਓਗੇ, ਫਿਰ ਦੁਨੀਆਂ 'ਚ ਕਿਤੇ ਹੋਰ ਸਿਰ ਝੁਕਾਉਣ ਦੀ ਲੋੜ ਨਹੀਂ।